सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। कहिंदे हन जदों गरीबी अते बीमारी किसे दे पल्ले पै जावे तां परिवार किवें खुश रह सकदा है। सो इसे तरह दा परिवार सरहदी पिंड डल जिला तरन तारण तो सामने आया है, जिसने कैमरे अगे बड़े भावुक हो के अपने बेटे दे किसे नामुराद बीमारी कारण गोडे विंगे टेढ़े हो जाण कारण समाज सेवी NRI वीरां तों मदद दी गुहार लगाई है कि उन्हां दे बेटे दा इलाज करवा के उस नूं दोबारा तों तंदुरुस्त कीता जावे। परिवार ने दस्सिया कि ओह मेहनत मजदूरी करके अपने परिवार का पालन पोषण करते सी, पर हुण मुसीबत इन्नी वध गई है कि उन्हां दे बेटे तो तुरना फिरना भी मुश्किल हो गया है कि पूरी रात इस नामुराद बीमारी कारण वह सो भी नहीं सकता अते रोंदा कुरलांदा रहिंदा है, जिसका दर्द उन्हां तो देखा नहीं जाता। अते परिवार का मुखी मुखा सिंह भी 3-4 साल तो बीमारी कारण कोई काम काज नहीं कर पाता। सो उन्हें अपने बेटे के इलाज लई दानी सज्जना तो इलाज की मांग की है अते कहा है कि सानू सिर्फ इलाज ही करवा के दिता जाए, होर पैसे टेके का लालच नहीं है। साडा पुत्र ठीक हो जाए तो असी दानी सज्जना का सारी उम्र धन्यवाद करते रहेंगे। इस मौके पिंड वासियां अते परिवार ने की कहा तुसी आप ही सुन लवो। बहुत मुश्किल आ रही, बच्चा तुरदा नहीं चजना बेचारा, तरले लेंदा ना रात सौंदा ना दिन सौंदा, इस तरह शर्मिंदा जिहा गुफा तुरिया फिरदा रहिंदा जो, ते मंग मुंग के लिया के टाइम मैं सारदी हां। आप नूं 4 साल हो गए मंजी ते पैण, ना कोई दिहाड़ी ना कोई दफा हटे, ते इस तरह टाइम सारदी फिरदी हां। ਕਿਸੇ ਦਾ ਲੀਰ ਫੇਰੋ, ਕਿਸੇ ਦੀ ਪੋਚਾ ਫੇਰਾਓ, ਅਤੇ ਬੱਚਿਆਂ ਨੂੰ ਲਿਆ ਕੇ ਦੇ ਦਿੰਦੀ। ਕਈ ਵਾਰ ਨਹੀਂ ਹੁੰਦਾ, ਬੱਚੇ ਇਸ ਤਰ੍ਹਾਂ ਸੌਂ ਜਾਂਦੇ ਭੁੱਖੇ ਤੇ, ਅਤੇ ਇਲਾਜ ਵਾਸਤੇ ਅਸੀਂ ਇਹ ਬੇਨਤੀ ਕਰਨੀ ਹੈ ਤੁਹਾਡੇ ਵਾਸਤੇ। ਕਿੰਨਾ ਚਿਰ ਹੋ ਗਿਆ ਜਿਹੜਾ ਬੱਚੇ ਨੂੰ ਇਹ ਮੁਸ਼ਕਲ ਹੈ? ਇਹ ਮੁਸ਼ਕਲ 2 ਸਾਲ ਹੋ ਗਏ ਬੱਚੇ ਨੂੰ, ਇਸ ਤਰ੍ਹਾਂ ਤਰਲੇ ਲੈਂਦਿਆਂ ਨੂੰ ਵਿਚਾਰਿਆਂ ਨੂੰ। ਕਿਸੇ ਡਾਕਟਰ ਨੂੰ ਵਿਖਾਇਆ? ਹਾਂਜੀ ਵਿਖਾਏ ਆ, ਡਾਕਟਰਾਂ ਨੇ ਦੱਸਿਆ ਵੀ ਇਹਦਾ ਇਲਾਜ ਕਰਾ ਲਓ, ਹੁਣ ਉਹਨਾਂ ਨੇ ਮੁੜ ਕੇ ਇਹਨੇ ਗੋਡਿਆਂ ਤੋਂ ਬਹਿ ਜਾਣਾ ਜੋ, ਫਿਰ ਇਹਦਾ ਇਲਾਜ ਨਹੀਂ ਹੋ ਸਕਦਾ, ਅਤੇ ਹੁਣ ਤੁਸੀਂ ਬੱਚੇ ਦਾ ਇਲਾਜ ਕਰਾ ਲਓਗੇ ਤਾਂ ਬੱਚਾ ਤੁਹਾਡਾ ਸਹੀ ਹੋ ਜਾਊਗਾ। ਅਤੇ ਪਰਿਵਾਰ ਦਾ ਕਾਰੋਬਾਰ ਕੀ ਹੈ? ਪਰਿਵਾਰ ਦਾ ਕੋਈ ਕਾਰੋਬਾਰ ਵਾਲਾ ਕੋਈ ਨਹੀਂ, ਇਹਨਾਂ ਦਾ ਪਿਓ ਉਹ ਵਿਚਾਰਾ ਹੁਣ ਜੋ ਬਿਮਾਰ, 4 ਸਾਲ ਹੋ ਗਏ ਨਾ ਕੋਈ ਦਿਹਾੜੀ ਨਾ ਦਫਾ, ਇਸ ਤਰ੍ਹਾਂ ਮੰਗ ਤੰਗ ਕੇ ਮੈਂ ਟਾਈਮ ਸਰਦੀ ਨਹੀਂ ਲੋਕਾਂ ਦੇ ਲੀਰਾਂ ਪੋਚੇ ਲਾ ਲਾ ਕੇ, ਅਤੇ ਇਹੋ ਜਿਹਾ ਟਾਈਮ ਆ। ਹੋਰ ਟਾਈਮ ਸਾਡੇ 'ਤੇ ਕੋਈ ਚੰਗਾ ਨਹੀਂ ਆਉਂਦਾ, ਬੱਚਿਆਂ ਨੇ ਲਿਆ ਇਹ। ਕੀ ਮੰਗ ਕਰਦੇ? ਮੰਗ ਇਹੋ ਕਰਦੇ ਸਾਡੇ ਬੱਚੇ ਨੂੰ ਨਾ ਇਲਾਜ ਕਰਾ ਦੇਣ, ਸਾਡਾ ਬੱਚਾ ਠੀਕ ਹੋ ਜਾਵੇ, ਮੰਗ ਇਹੋ ਸਾਡੀ ਆ, ਬੱਚੇ ਦੇ ਗੋਡੇ ਸਹੀ ਕਰ ਦੇਣ, ਹੋਰ ਕੁਛ ਨਹੀਂ ਮੰਗਦੇ। ਮੰਗ ਮੁੰਗ ਕੇ ਟਾਈਮ ਸਾਰਦੀ ਆ, ਜੇ ਕੋਈ ਮੰਗਿਆ ਦਿੰਦਾ। ਕਿਹੜਾ ਪਿੰਡ? ਡੱਲ। ਅਤੇ ਇਹ ਪਰਿਵਾਰ ਕੀ ਲੱਗਦਾ ਤੁਹਾਡਾ? ਇਹ ਸਾਡੇ ਗੁਆਂਢੀ ਹੈ ਜੀ, ਇੱਥੇ ਲੱਗੇ। ਅੱਛਾ। ਇਹ ਲੜਕਾ ਜਿਹੜਾ ਇਹ ਬਹੁਤ ਪਦੇ ਪਰੇਸ਼ਾਨ ਆ, ਤੁਰਿਆ ਨਹੀਂ ਜਾਂਦਾ ਇੱਥੋਂ, ਇਹਦਾ ਵੀ ਬਹੁਤ ਜ਼ਿਆਦਾ ਮੰਦਾ ਹਾਲ ਹੈ, ਅਤੇ ਮਾਂ ਅਤੇ ਜਿਹੜਾ ਤੁਰਿਆ ਜੇ ਤੁਰਦਾ ਅਤੇ ਲੱਤਾਂ ਇਹਦੇ ਆਉਣੇ ਨੇ ਗੋਡੇ ਬਾਹਰ ਅੰਦਰ ਆਏ ਆ, ਇਹ ਜਲਦੀ ਨਹੀਂ ਤੁਰਿਆ ਫਿਰਦਾ, ਰਾਤ ਨੂੰ ਹੀ ਰੋਂਦਾ ਰਹਿੰਦਾ। ਇਹਨਾਂ ਦੇ ਜਿਹੜੇ ਮੰਮੀ ਡੈਡੀ ਉਹ ਵੀ ਕੰਮ ਕਰਦੇ? ਉਹਨੂੰ ਤੇ ਜੀ 3-4 ਸਾਲ ਹੋ ਗਏ ਆ, 5 ਹੀ ਹੋ ਚੱਲੇ ਆ, ਉਹ ਤਾਂ ਮੰਜੀ ਦੇ ਪਿਆ ਬਿਮਾਰ ਵਾਵਾ ਵਿਚਾਰਾ, ਉਹਦੇ ਤਾਂ ਆਪਦਾ ਉਹਦਾ ਇਲਾਜ ਨਹੀਂ ਹੁੰਦਾ, ਇਹਦਾ ਵਿਚਾਰਾ ਡਾਕਟਰ ਨੇ ਪੈਸੇ ਪੁਸੇ ਵਾਹਵਾ ਮੰਗੇ ਆ, ਅਤੇ ਉਹਨਾਂ ਆਖਿਆ ਵੀ ਜੇ ਤਾਂ ਇਹਦਾ ਇਲਾਜ ਕਰਾ ਲਓ ਇਹ ਮਹੀਨੇ ਸਾਲ ਤੱਕ ਤਾਂ ਠੀਕ ਆ, ਜੇ ਨਹੀਂ ਕਰਾ ਸਕਦੇ ਤਾਂ ਇਹਨੇ ਬਹਿ ਸਕਦਾ। ਪਿੰਡ ਵੱਲੋਂ ਕਿਸੇ ਨੇ ਸਹਾਇਤਾ ਦਿੱਤੀ? ਨਾ ਜੀ, ਕੋਈ ਸਹਾਇਤਾ ਨਹੀਂ ਦਿੱਤੀ। ਕੀ ਮੰਗ ਕਰਦੇ? ਮੰਗ ਇਹੋ ਹੀ ਕਰਦੇ ਇਹਨਾਂ ਦਾ, ਇਹਦਾ ਵਿਚਾਰੇ ਗਰੀਬ ਦਾ ਇਲਾਜ ਹੋ ਜੀ, ਇਹ ਬਹੁਤ ਪਰੇਸ਼ਾਨ ਆ। ਕੀ ਮੁਸ਼ਕਲ ਹੈ? ਮੁਸ਼ਕਲ ਮੈਨੂੰ ਗੋਡਿਆਂ ਦੀ ਆ, ਇਹ ਅਚਾਨਕ ਹੋ ਚੁੱਕੇ ਆ, ਅਤੇ ਇਹ ਰਾਤ ਨੂੰ ਬਹੁਤ ਪੀੜ ਕਰਦੇ ਆ, ਜਿਹਨੇ ਖੇਡਦਾ ਫਿਰਦਾ ਰਹਿੰਦਾ ਆ, ਅਤੇ ਨਾ ਰਾਤ ਨੂੰ ਸੌਂ ਨਹੀਂ ਦਿੰਦੇ ਆ, ਅਤੇ ਬਹਿ ਜਾਂ ਤਾਂ ਬਹਿਣ ਛੁੱਟੀ ਕਰ ਦਿੰਦੇ ਆ, ਇਹਦੇ ਕਾਰਨ ਬਹੁਤ ਡਾਕਟਰ ਨੂੰ ਖਾਇਆ ਸੀ ਅਸੀਂ, ਉਹ ਡਾਕਟਰ ਕਹਿੰਦੇ ਆ 1.5 ਲੱਖ ਰੁਪਇਆ ਲੱਗੂਗਾ, ਅਤੇ ਤੁਸੀਂ ਨਹੀਂ 1.5 ਸਾਲ ਦੇ ਵਿੱਚ ਇਲਾਜ ਕਰਾ ਸਕਦੇ ਇਹਦਾ, ਅਤੇ ਤੁਹਾਡਾ ਬਾਅਦ ਵਿੱਚ ਮੁੰਡਾ ਬਹਿਦਾ ਹੈ, ਇਹਦਾ ਇਲਾਜ ਨਹੀਂ ਹੋ ਸਕਦਾ, ਕਿਉਂਕਿ ਮੈਂ ਬਹਿਣਾ ਬੈਠਾ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ, ਅਤੇ ਰਾਤ ਨੂੰ ਸੌਂ ਨਹੀਂ ਦਿੰਦੇ, ਬਹੁਤ ਪੀੜਾਂ ਕਰਦੇ ਆ। ਉਮਰ ਕਿੰਨੀ ਤੁਹਾਡੀ? 16 ਸਾਲ। ਕੀ ਮੰਗ ਕਰਦੇ? ਅਸੀਂ ਮੰਗ ਇਹੋ ਕਰਦੇ ਹਾਂ ਕਿ ਸਾਡਾ ਇਲਾਜ ਹੋ ਜਾਵੇ, ਹੋਰ ਨਹੀਂ ਮੰਗ ਕਰਦੇ। ਅਤੇ ਪਰਿਵਾਰ ਦੇ ਵਿੱਚ ਜਿਹੜੇ ਮੰਮੀ ਡੈਡੀ ਉਹ ਕੀ ਕੰਮ ਕਰਦੇ? ਡੈਡੀ ਮੰਮੀ ਡੈਡੀ ਨੂੰ 4-3 ਸਾਲ ਹੋ ਚੱਲਿਆ ਲੰਬੀ ਤਰ੍ਹਾਂ ਪਿਆਰ ਨੂੰ ਮੰਗੀ ਦੇ, ਅਤੇ ਮੰਮੀ ਜਿਹੜੀ ਆ ਮੰਮੀ ਇੱਦਾਂ ਹੀ
घर काम कर रहा तो नहीं किया नहीं देना कर लिया ठीक है नहीं तो नहीं तो रहे। तरन तारण तो लखविंदर सिंह गोलन की रिपोर्ट। सबसक्राइब करो लीडर आवाज़ टीवी नू ते ताज़ा वीडियोज़ पाने लई बैल का बटन दबाओ।